ਸਬਸਕ੍ਰਾਈਬ ਕਰੋ ਆਪਣਾ ਪੰਜਾਬ ਚੈਨਲ ਤੇ ਦੇਖੋ ਨਵੀਆਂ ਨਵੀਆਂ ਵੀਡੀਓਜ਼ ਸਭ ਤੋਂ ਪਹਿਲਾਂ। ਸੁਣ ਰਹੀ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ, ਬੜੀ ਭੋਲੀ ਭਾਲੀ ਆਡੀਅੰਸ ਹੈ, ਔਰ ਉਹ ਵਿਚਾਰੇ ਚਾਹੁੰਦੇ ਆ ਕਿ ਹਮੇਸ਼ਾ, ਕਿਉਂਕਿ ਜੜ੍ਹਾਂ ਸਾਡੀਆਂ ਪੰਜਾਬ ਨਾਲ ਜੁੜੀਆਂ ਹੋਈਆਂ ਔਰ ਪੰਜਾਬ ਦਾ ਭਲਾ ਹੋਵੇ। ਪਿਛਲੇ ਦਿਨੀ ਇੱਕ ਕਿਰਨ ਜਾਗੀ ਸੀ ਆਮ ਆਦਮੀ ਪਾਰਟੀ ਦੀ ਔਰ ਪੰਜਾਬ ਦਾ ਭਲੇ ਵਾਸਤੇ। ਔਰ ਜਿਹਨੂੰ ਕਹਿੰਦੇ ਮਗਰ ਲੱਗ ਜਾਂਦੇ ਨੇ ਵਾਲ ਕਿੱਡੇ ਕਿੱਡੇ, ਉਹ ਕਹਿੰਦਾ ਮੋਹਰੇ ਆ ਜਾਣਾ ਜਜਮਾਨਾ ਤੇਰੇ ਜੀ, ਵਾਲਾਂ ਦੀ ਫਿਕਰ ਨਾ ਕਰ। ਮੈਂ ਇੰਗਲੈਂਡ ਸ਼ੋਅ ਕਰੇ ਸੀ ਵੋਟਾਂ ਤੋਂ ਪਹਿਲਾਂ, ਕਿਉਂਕਿ ਮੈਂ ਜਿਹੜੀ ਗੱਲ ਕਹਿੰਦਾ ਉਹ ਬੜੀ ਓਪਨੇ ਹੁੰਦੀ ਆ, ਮੈਂ ਪੜਦੇ ਲਪੇਟਣੀ ਤੇ ਮੈਂ ਅਕਸਰ ਇਹ ਕਹਿੰਦਾ ਹੁੰਦਾ ਵੀ ਮੇਰੇ ਗੀਤਾਂ 'ਤੇ ਸਨਕ ਹੋ ਸਕਦੀ ਹੈ, ਤੁਹਾਨੂੰ ਸ਼ੱਕ ਹੋ ਸਕਦੀ ਹੈ, ਪਰ ਜਿਹੜੀ ਮੈਂ ਗੱਲ ਕਰੂੰਗਾ ਉਹਦੇ 'ਤੇ ਸਨਕ ਨਹੀਂ ਹੋਊਗੀ ਕਦੇ, ਨਾ ਮੇਰੇ ਕਿਰਦਾਰ 'ਚ ਇੱਦਾਂ ਦੀ ਕਦੇ ਚੀਜ਼ ਆਊਗੀ, ਅਤੇ ਨਾ ਮੈਂ ਕੋਈ ਸਿਆਸਤਦਾਨ ਹਾਂ, ਨਾ ਮੈਂ ਕਰਨੀ ਹੈ ਵੀ ਮੈਂ ਕਲੀਅਰ ਕਰ ਲਵਾਂ। ਕਿਉਂਕਿ ਜਦੋਂ ਬੰਦਾ ਮਾਸ ਦੀ ਗੱਲ ਕਰਦਾ ਨਾ, ਤਾਂ ਅੱਜ ਕੱਲ੍ਹ ਇੰਟਰਨੈਟ ਦਾ ਜ਼ਮਾਨਾ, ਬਹੁਤ ਲੋਕ ਫਿਰ ਉਹਨੂੰ ਬਦਨਾਮ ਕਰਦੇ ਆ। ਉਹ ਕਿਉਂ ਕਰਦੇ ਆ? ਕਿਉਂਕਿ ਮਿੱਥੀ ਚੀਜ਼ ਹੁੰਦੀ ਹੈ, ਕਿਸੇ ਸ਼ੋਹਰਤ ਵਾਲੇ ਨੂੰ ਖਤਰਾ ਵੀ ਹੁੰਦਾ, ਕਿਸੇ ਸੱਤਾ ਵਾਲੇ ਨੂੰ ਵੀ ਹੁੰਦਾ। ਤਾਂ ਮੈਂ ਕਲੀਅਰ ਕਰਦਾ, ਮੈਂ ਸਿਆਸਤ ਨਹੀਂ ਕਰਨੀ, ਨਾ ਮੇਰਾ ਇਹ ਸ਼ੌਕ ਹੈ। ਹਾਂ, ਜੇ ਪੰਜਾਬ ਦੀ ਜਾਂ ਹਿੰਦੁਸਤਾਨ ਦੀ ਇੱਕ ਕਿਸਾਨ ਯੂਨੀਅਨ ਬਣ ਜਾਏ ਤਾਂ ਮੈਂ ਪਹਿਲਾ ਬੰਦਾ ਹੋਊਂਗਾ ਜਿਹੜਾ ਉਹਦਾ ਮੈਂਬਰਸ਼ਿਪ ਲਿਆਊਂਗਾ ਜਾ ਕੇ, ਜਾਂ ਮਜ਼ਦੂਰ ਯੂਨੀਅਨ ਬਣ ਜਾਏ, ਉਹਨਾਂ ਦਾ ਹਾਮੀ ਹਾਂ ਮੈਂ ਹਮੇਸ਼ਾ। ਕੋਈ ਸੱਤਾ ਜਾਂ ਕੁਰਸੀ ਮੇਰਾ ਇਹ ਸ਼ੌਕ ਨਹੀਂ। ਮੈਂ ਉੱਥੇ ਕਿਹਾ ਸੀ, ਉਹਨਾਂ ਦੀ ਡਿਸਕਸ਼ਨ ਕਰਿਆ ਕਰੋ ਆਪ। ਦੇਖੋ, ਜੇ ਐਜ਼ ਏ ਆਲੋਚਕ ਆਪਾਂ ਗੱਲ ਕਰੀਏ, ਮੈਨੂੰ ਐਂ ਲੱਗਦਾ ਵੀ ਆਪ ਦੀ ਕੋਈ ਸ਼ੱਕ ਨਹੀਂ, ਬਹੁਤ ਵੇਵ ਸੀ ਜੀ ਜੀ। ਮੈਂ ਕਿਉਂਕਿ ਕਲਾਕਾਰ ਹਾਂ, ਮੈਨੂੰ ਗਾਉਣਾ ਹੀ ਪਊਗਾ, ਕਿਉਂਕਿ ਮੈਨੂੰ ਅਗਲਾ ਲਿਜਾਂਦਾ ਤਾਂ ਕਿ